शिव के दरवेश चैनल में तुहाडा बहुत बहुत स्वागत है जी। आशा है तुसी सब ठीक होवोंगे। तो अज आप इस वीडियो दे विच बहुत ही खास गल करन जा रहे हैं। एक इदां दा किस्सा हो सकता बहुत वीरां ने ओह किस्सा नहीं सुनिया होना। तो यह किस्सा वडाली ब्रदर जी ने अपनी कवाली दे विच पेश कीता सी, तो वह किस्सा बड़ा वधिया लग्या दिल नूं। तो असीं सोचा भी चलो तुहाडे नाल शेयर कीता जावे। तो इश्क हकीकी हो जाए जदों तो दिल नूं यार दी तांग हो जांदी आ, तो फिर रब नूं भी थल्ले आउणा पैंदा। भी जदों भी आपां किसे नाल सच्चा इश्क कर लैंदे आ तां फिर रब नूं भी थल्ले आउणा पैंदा। तां उह की पूरी कहानी सी, किन्नां दी उह कहानी सी, तो समां ना खराब करदे होए सिद्धा वीडियो वल चलदे आ जी। तां अज आपां गल करांगे लैला जी ते मजनू जी दोवां दी गल करांगे। होया कि लैला जी दा आपां नूं सब नूं पता आशक होए ने, बहुत तगड़े आशक होए ने उन्हां दे हकीकी, उन्हां ने जिन्हां ने इश्क कीता उन्हां नूं मजनू, जिन्हां दा नाम सी मजनू, सारे जानदे होणे आ। तां मजनू जी जदों शिक्षा लैंदे सी तां जदों पढ़न जांदे सी तां उदों फट्टियां चलदियां होंदियां सी। वडाली ब्रदर जी ये गल सुना रहे सीगे अपने कवाली दे विच, तां कहिंदे फट्टियां चलदियां होंदियां सी। तो जिहड़ा मजनू सी ਉਹ ਹਮੇਸ਼ਾ ਲੈਲਾ 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 ਫੱਟੀ 'ਤੇ ਇੱਦਾਂ ਲਿਖਦਾ ਰਹਿੰਦਾ ਸੀ, ਕਿਉਂਕਿ ਇਸ਼ਕ ਕਰਦਾ ਸੀ। ਇਸ਼ਕ ਵੀ ਇੱਦਾਂ ਦਾ ਕਰਦਾ ਸੀ ਕਿ ਉਹਨਾਂ ਨੂੰ ਹੋਰ ਕੁਝ ਦੇਖਦਾ ਹੀ ਨਹੀਂ ਸੀ, ਕਿਉਂਕਿ ਜਿਹਨੂੰ ਜਿਹਦੇ ਨਾਲ ਸੱਚਾ ਇਸ਼ਕ ਹੋ ਜਾਵੇ ਤਾਂ ਉਹਨੂੰ ਹੋਰ ਉਹਦੇ ਬਿਨਾਂ ਕੁਝ ਦਿਸਦਾ ਹੀ ਨਹੀਂ ਹੁੰਦਾ। ਤਾਂ ਉਹਨਾਂ ਨੇ ਇਸ਼ਕ ਕੀਤਾ ਲੈਲਾ ਜੀ ਨੂੰ। ਉਹ ਜਦੋਂ ਵੀ ਉੱਥੇ ਜਾਂਦੇ ਸ਼ਿਕਸ਼ਾ ਲੈਣ ਤਾਂ ਉਹ ਫੱਟੀ 'ਤੇ ਲਿਖਦੇ ਲੈਲਾ ਲੈਲਾ, ਹੋਰ ਕੋਈ ਨਾਮ ਹੀ ਨਹੀਂ ਲਿਖਦੇ ਸੀ। ਤਾਂ ਉਹਨਾਂ ਨੇ ਜਦੋਂ ਸ਼ਿਕਸ਼ਕ ਆਏ ਤਾਂ ਉਹਨਾਂ ਨੇ ਪੁੱਛਿਆ ਕੀ ਲਿਖਦਾ ਪਿਆ ਤੂੰ? ਤਾਂ ਮਜਨੂੰ ਜੀ ਕਹਿਣ ਲੱਗੇ ਕੀ ਲਿਖਾਂ? ਤਾਂ ਉਹ ਕਹਿਣ ਲੱਗੇ ਰੱਬ ਦਾ ਨਾਮ ਲਿਖ। ਤਾਂ ਮਜਨੂੰ ਜੀ ਕਹਿਣ ਲੱਗੇ ਰੱਬ ਕੌਣ ਆ? ਤਾਂ ਕਹਿੰਦੇ ਸ਼ਿਕਸ਼ਕ ਕਹਿਣ ਲੱਗੇ ਰੱਬ ਲਾਇਲਾ, ਲਾਇਲਾ ਰੱਬ ਨੂੰ ਵੀ ਕਹਿ ਦਿੰਦੇ ਹੋਣੇ ਆ। ਤਾਂ ਉਹ ਸੁਣਾ ਰਹੇ ਸੀ ਇੱਦਾਂ ਦੀ ਗੱਲ, ਕਹਿੰਦੇ ਲਿਖ ਰਾਇਲਾ। ਤਾਂ ਤਾਂ ਮਜਨੂੰ ਕਹਿਣ ਲੱਗੇ ਕਹਿੰਦੇ ਮੈਂ ਵੀ ਇਹੀ ਲਿਖਿਆ ਲਾਇਲਾ। ਕਹਿੰਦੇ ਤੂੰ ਤਾਂ ਲੈਲਾ ਲਿਖਿਆ, ਉੱਥੇ ਲਾਏ ਲਾ ਲਿਖਣਾ ਸੀ। ਤਾਂ ਮੈਨੂੰ ਜੀ ਕਹਿਣ ਲੱਗ ਗਏ ਕਹਿੰਦੇ ਤੁਹਾਡੇ ਲਈ ਲਾਏ ਲਾ ਹੋਊਗਾ, ਮੇਰੇ ਲਈ ਤਾਂ ਲੈਲਾ ਹੀ ਆ, ਕਿਉਂਕਿ ਇੰਨਾ ਇਸ਼ਕ ਕਰਦੇ ਸੀ, ਰੱਬ ਦੇ ਬਰਾਬਰ ਮੰਨਿਆ ਸੀ ਉਹਨਾਂ ਨੂੰ ਮਜਨੂੰ ਜੀ ਨੇ। ਤਾਂ ਦੇਖ ਲਓ ਕਿੰਨਾ ਇਸ਼ਕ ਸੀ। ਅਤੇ ਇੰਨੀ ਗੱਲ ਜਦੋਂ ਰੱਬ ਨੇ ਸੁਣੀ, ਦੇਖੀ ਉਹਨਾਂ ਨੇ ਗੱਲ ਵੀ ਇੰਨਾ ਪਿਆਰ ਕਰਦਾ, ਤਾਂ ਰੱਬ ਬੜਾ ਖੁਸ਼ ਹੋਇਆ। ਕਹਿੰਦਾ ਅਸੀਂ ਇਹਨਾਂ ਨੂੰ ਮਿਲਣਾ ਚਾਹੁੰਦੇ ਹਾਂ, ਮਜਨੂੰ ਨੂੰ ਮਿਲਣਾ ਚਾਹੁੰਦੇ ਹਾਂ। ਤਾਂ ਰੱਬ ਨੇ ਦੋ ਫਰਿਸ਼ਤੇ ਥੱਲੇ ਭੇਜੇ, ਕਹਿੰਦੇ ਜਾ ਮਜਨੂੰ ਨੂੰ ਲੈ ਕੇ ਆਓ ਉੱਤੇ, ਕਿ ਕਹੋ ਕਿ ਰੱਬ ਤੁਹਾਨੂੰ ਮਿਲਣਾ ਚਾਹੁੰਦਾ, ਰੱਬ ਨੂੰ ਕੰਮ ਅੱਜ ਤੁਹਾਡੇ ਤੀਕ। ਤਾਂ ਜਦੋਂ ਦੋ ਫਰਿਸ਼ਤੇ ਥੱਲੇ ਆਏ ਮਜਨੂੰ ਕੋਲ, ਤਾਂ ਮਜਨੂੰ ਨੂੰ ਕਹਿਣ ਲੱਗੇ ਵੀ ਅੱਜ ਤੈਨੂੰ ਰੱਬ ਨੇ ਯਾਦ ਕੀਤਾ, ਬੜਾ ਖੁਸ਼ ਆ ਤੁਹਾਡੇ ਤੋਂ ਰੱਬ, ਤੁਹਾਨੂੰ ਮਿਲਣਾ ਚਾਹੁੰਦਾ। ਤਾਂ ਮਜਨੂੰ ਕਹਿਣ ਲੱਗ ਗਏ ਕਹਿੰਦੇ ਜੇ ਰੱਬ ਨੂੰ ਕੰਮ ਆ ਤਾਂ ਰੱਬ ਥੱਲੇ ਆਵੇ ਅਤੇ ਮੇਰੀ ਲੈਲਾ ਦਾ ਰੂਪ ਲੈ ਕੇ ਆਵੇ, ਉਸ ਤਰ੍ਹਾਂ ਨਾ ਆਵੇ, ਕਿਉਂਕਿ ਮੇਰੇ ਲਈ ਰੱਬ ਲੈਲਾ ਹੀ ਆ, ਹੋਰ ਕੁਛ ਨਹੀਂ। ਤਾਂ ਇੰਨੀ ਗੱਲ ਸੁਣੀ ਜਦੋਂ ਰੱਬ ਨੇ ਬੜਾ ਖੁਸ਼ ਹੋਇਆ। ਦੇਖੋ ਕਿੰਨਾ ਇਸ਼ਕ ਕੀਤਾ ਸੀ, ਇੱਦਾਂ ਦਾ ਹੀ ਇਸ਼ਕ ਜੇ ਆਪਾਂ ਸਾਈਂ ਸਰਕਾਰ ਦਾ ਤਾਂ ਲਾਡੀ ਸ਼ਾਹ ਸਰਕਾਰ ਜੀ ਨੂੰ ਜੇ ਥੋੜ੍ਹਾ ਜਿਹਾ ਵੀ ਕਰ ਲਈਏ ਤਾਂ ਆਪਣੀ ਵੀ ਜਿਹੜੀ ਜ਼ਿੰਦਗੀ ਉਹ ਸਫਲ ਹੋ ਸਕਦੀ ਆ। ਤਾਂ ਆਸਾ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ। ਜੇ ਵਧੀਆ ਲੱਗੀ ਤਾਂ ਤੁਹਾਡਾ ਆਪਣਾ ਚੈਨਲ ਸ਼ਿਵਕਾ ਦਰਵੇਸ਼ ਜ਼ਰੂਰ ਸਬਸਕ੍ਰਾਈਬ ਕਰਿਓ ਅਤੇ ਨਾਲ ਹੀ ਬੈਲ ਆਈਕਨ ਜ਼ਰੂਰ ਦਬਾਇਓ ਜੀ, ਤਾਂ ਜੋ ਆਉਣ ਵਾਲੀਆਂ ਵੀਡੀਓ ਤੁਹਾਨੂੰ ਮਿਲ ਸਕਣ। ਧੰਨਵਾਦ।